ਕਿਸਾਨ ਭਰਾਵੋ ਕਣਕਾਂ ਭਾਵੇਂ ਅਗਿਤੀਆਂ ਅਕਤੂਬਰ ਦੇ ਵਿੱਚ ਬੀਜੀਆਂ ਹੋਈਆਂ ਤੇ ਭਾਵੇਂ ਨਵੰਬਰ ਦੇ ਵਿੱਚ ਸਮੇਂ ਸਿਰ ਬਜਾਈਆਂ ਹੋਈਆਂ ਵਾਂਗਾਂ ਜਿਆਤਰ ਕਣਕ ਦੀਆਂ ਬਜਾਈਆਂ ਵੇਲੇ ਇਸ ਸਾਲ ਜਿਹੜਾ ਇਸ ਸੀਜ਼ਨ ਦੇ ਵਿੱਚ 303 ਵੈਰੈਟੀ ਦਾ ਜਾਦੇ ਰਜਾਂ ਰਿਹਾ ਕਿਸਾਨਾਂ ਦਾ 187 ਵੀ ਲਾਈਏ 222 ਆ ਪੁਰਾਣੀ ਜਿਹੜੀ ਜਿਆਦਾ ਵੈਰੈਟੀ ਲੱਗਦੀ ਸੀ 86 ਪਰ ਮੈਂ ਤੁਹਾਨੂੰ ਸਕਰੀਨ ਤੇ ਇੱਕ ਫੋਟੋ ਦਿਖਾ ਰਿਹਾ ਕਿ ਕੁਝ ਖੇਤਾਂ ਦੇ ਵਿੱਚ ਇਹ ਦਿੱਕਤ ਆ ਰਹੀ ਹੈ ਕਿ ਲੂਸ ਮੱਟ ਮਤਲਬ ਬੱਲੀ ਨਿਸਰਨ ਤੋਂ ਬਾਅਦ ਸਾਰੀ ਕਾਲੀ ਹੋ ਜਾਂਦੀ ਜਦੋਂ ਹੱਥ ਲਾਉਂਦੇ ਸਾਰੀ ਇੱਕ ਸਵਾਹ ਜੀ ਬਣੀ ਪਈ ਹੁੰਦੀ ਹੈ ਜਦੋਂ ਉਹ ਬੱਲੀ ਦੇ ਜਿਹੜੀ ਸਵਾਹ ਲੱਗੀ ਹੋਈ ਹੈ ਉਹ ਹੋਰ ਬੱਲੀਆਂ ਦੇ ਨਾਲ ਟੱਚ ਹੁੰਤ ਹੁੰਦੀ ਹੈ ਜਾਂ ਉਹਦੇ ਜਿਹੜੇ ਕਾਣਾ ਉਹ ਹਵਾ ਦੇ ਨਾਲ ਉੱਡ ਕੇ ਹੋਰ ਬਲਗਾਂ ਨੂੰ ਟੱਚ ਕਰ ਦਿਆ ਤਾਂ ਉੱਥੇ ਵੀ ਇਹ ਬਿਮਾਰੀ ਫੈਲਣੀ ਸ਼ੁਰੂ ਹੋ ਜਾਂਦੀ ਹੈ ਸਾਰੇ ਖੇਤ ਦੇ ਵਿੱਚ ਇਹ ਕਦੇ ਆਉਂਦੀ ਨਹੀਂ ਤੇ ਸਪਰੇਅ ਨਾਲ ਆਲਮੋਸਟ ਇਹ ਕਦੇ ਠੀਕ ਨਹੀਂ ਹੁੰਦੀ ਹੈਗੀ ਕਿਉਂਕਿ ਆਪਾਂ ਕਈ ਵਾਰ ਜਿਆਦਾ ਵੱਡੀ ਖੇਤੀ ਕਰ ਰਹੇ ਹੁੰਦੇ ਆ ਜਾਂ ਕੁਝ ਅਵੇਸਲੇ ਹੁੰਦੇ ਆ ਆਪਾਂ ਬੀਜ ਨਹੀਂ ਸੋਧਦੇ ਹੈਗੇ ਬੀ ਸੋਧਨ ਤੇ ਆਪਾਂ ਕਿੰਨੀਆਂ ਜਿਆਦਾ ਵੀਡੀਓ ਬਣਾਉਣੇ ਹੈਗੇ ਵੀ ਜਿਹੜਾ ਕੰਮ ਬੀ ਸੋਧਨ ਵੇਲੇ ਹੋ ਸਕਦਾ ਉਹ ਨਸਾਰੇ ਵੇਲੇ ਆਈ ਸਮੱਸਿਆ ਨੂੰ ਠੱਲ ਨਹੀਂ ਪਾ ਸਕਦਾ ਇਸੇ ਤਰ੍ਹਾਂ ਹੀ ਜਿਹੜੀ ਇਹ ਵੈਰਾਈਟੀਆਂ ਦੇ ਉੱਪਰ ਆ ਰਹੀ ਹੈ 2852 ਦੇ ਉੱਪਰ ਆ ਜਾਂਦੀ ਹੈ ਇਹ 1124 ਦੇ ਉੱਪਰ ਵੀ ਇਹ ਵੈਰਾਈਟੀ ਦੇ ਜਿਹੜੀ ਪੁਰਾਣੀਆਂ ਵੈਰਾਈਟੀਆਂ ਸੀਗੀਆਂ ਉਹਨਾਂ ਦੇ ਉੱਪਰ ਵੀ ਇਹ ਦਿਖਾਈ ਦੇ ਜਾਂਦੀ ਹੈ 30 86 ਦੇ ਵਿੱਚ ਵੀ ਇਹ ਦਿਖਾਈ ਦੇ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਹੈਗੀ ਲੂਸ ਸਮਾਟਾ ਚਾਹੇ ਫਾਲਸ ਬਟਾ ਇਸ ਡਿਸੀਜ਼ ਨੂੰ ਸਪਰੇ ਦੇ ਨਾਲ ਇੰਨਾ ਜ਼ਿਆਦਾ ਵਧੀਆ ਕੰਟਰੋਲ ਨਹੀਂ ਕੀਤਾ ਜਾ ਸਕਦਾ ਆਪਾਂ ਕਿਸੇ ਵੀ ਸਪਰੇ ਦੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਕਹਿ ਨਹੀਂ ਸਕਦੇ ਹੈਗੇ ਨਾ ਹੀ ਕੰਪਨੀਆਂ ਕਲੇਮ ਕਰਦੀਆਂ ਹੈਗੀਆਂ ਤਾਰ ਜੇਕਰ ਤੁਹਾਡੇ ਖੇਤ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਬੂਟਾ ਦਿਖਾਈ ਦਿੰਦਾ ਹੈਗਾ ਤਾਂ ਤੁਸੀਂ ਖੇਤ ਨੂੰ ਜਾਂਚਦੇ ਰਹੋ ਇਹ ਜ਼ਿਆਦਾਤਰ ਆ ਦਰਖਤਾਂ ਦੇ ਨੇੜੇ ਜਾਂ ਜਿੱਥੇ ਜ਼ਿਆਦਾ ਸੰਗਣੀ ਕਣਕਾ ਜਾਂ ਫਿਰ ਨੱਕਿਆਂ ਦੇ ਨੇੜੇ ਜਿੱਥੇ ਕਣਕ ਨੇ ਫੋਟ ਜ਼ਿਆਦਾ ਕਰੀ ਹੁੰਦੀ ਹੈ ਸਿਲ ਜ਼ਿਆਦਾ ਹੁੰਦੀ ਹੈ ਉੱਥੇ ਦਿਖਾਈ ਦਿੰਦੀ ਆ ਤੇ ਇਹਨੂੰ ਤੁਸੀਂ ਪੱਟ ਕੇ ਖੇਤ ਦੇ ਵਿੱਚੋਂ ਬਾਹਰ ਨੱਪ ਦੇਣਾ ਜਾਂ ਜਲਾ ਦੇਣਾ ਇਸ ਨੂੰ ਖੇਤ ਦੇ ਵਿੱਚ ਨਹੀਂ ਰੱਖਣਾ ਹੈ ਜੇਕਰ ਇਸ ਤਰ੍ਹਾਂ ਦਾ ਕੋਈ ਬੂਟਾ ਦਿਖਾਈ ਦਿੰਦਾ ਅੱਗੇ ਤੋਂ ਕੋਸ਼ਿਸ਼ ਕਰਿਆ ਕਰੋ ਵੀ ਜਿਹੜੇ ਥੀਰਮ ਤੇ ਕਾਰਬੈਂਡਾਜਮ ਜਾਂ ਕਪਤਾਨ ਦੇ ਨਾਲ ਕਾਰਬੋਕਸੀਨ ਦੇ ਨਾਲ ਜਿਹੜੇ ਲਿਕਵਿਡ ਫਾਰਮੂਲੇਸ਼ਨ ਆ ਰਹੀਆਂ ਸੀਡ ਟ੍ਰੀਟਮੈਂਟ ਵਾਸਤੇ ਉਹਨਾਂ ਨੂੰ ਅਪਣਾ ਲਿਆ ਜਾਵੇ ਤਾਂ ਕਿ ਇਹ ਬਿਮਾਰੀ ਜਿਹੜੀ ਬੀਜ ਰੂਪੀ ਬਿਮਾਰੀ ਹੈ ਇਹ ਬੀਜ ਤੋਂ ਬੀਜ ਅੱਗੇ ਆਉਂਦੀ ਆ ਜਿਹੜਾ ਆਪਣੇ ਕੋਲੇ ਸਹੀ ਆਪਾਂ ਨੂੰ ਸ਼ੁੱਧ ਬੀਜ ਨਹੀਂ ਮਿਲਿਆ ਹੈਗਾ ਜਾਂ ਬੀਜ ਨੂੰ ਆਪਾਂ ਟ੍ਰੀਟ ਨਹੀਂ ਕੀਤਾ ਹੈਗਾ ਤਾਂ ਇਹ ਬਿਮਾਰੀ ਆਪਣੇ ਖੇਤ ਦੇ ਵਿੱਚ ਤਾਂ ਦਿਖਾਈ ਦਿੱਤੀ ਆ ਤੇ ਜਿਹੜੇ ਵੀਰਾਂ ਨੇ ਵੀ ਇਹ ਫੋਟੋਆਂ ਭੇਜੀਆਂ ਉਹਨਾਂ ਨੇ ਇਹ ਖੁਦ ਆਪ ਦੱਸਿਆ ਕਿ ਸੀ ਕਿਸੇ ਵੀ ਸੀਡ ਟ੍ਰੀਟਮੈਂਟ ਨਾਲ ਕਣਕ ਨੂੰ ਸੋਧਿਆ ਨਹੀਂ ਹੈਗਾ ਕਿਸੇ ਵੀ ਦਵਾਈ ਦੇ ਨਾਲ ਸੋ ਉਹਨਾਂ ਦੀ ਵੀ ਇੱਕ ਇਹ ਆਪਾਂ ਕਹਿ ਸਕਦੇ ਆ ਵੀ ਅਵੇਸਲਾ ਪਾਣਾ ਜਿਹਦੇ ਕਰਕੇ ਇਹ ਬਿਮਾਰੀ ਖੇਤਾਂ ਦੇ ਵਿੱਚ ਸ਼ੋਅ ਹੋਈ ਆ ਜਿੰਨਾ ਖੇਤਾਂ ਦੇ ਵਿੱਚ ਰਸਟ ਆ ਰਹੀ ਆ ਜੈਲੋ ਰਸਟ ਆ ਰਹੀ ਆ ਪੀੜੀਕੁੰਗੀ ਆ ਰਹੀ ਆ ਕਿ ਪੱਤਿਆਂ ਦੇ ਉੱਪਰ ਲਾਈਨਾਂ ਬਣ ਜਾਂਦੀਆਂ ਪਾਊਡਰ ਦੀਆਂ ਹਲਦੀ ਰੰਗੇ ਦੀਆਂ ਤਾਂ ਉਹਨਾਂ ਖੇਤਾਂ ਦੇ ਵਿੱਚ ਪ੍ਰੋਪੀਕੋਨਾ ਜੋਲ 200 ਐਮਐਲ ਜਾਂ ਤੁਸੀਂ 250 ਗ੍ਰਾਮ ਟੈਬੂਕੋਨਾਜੋਲ 25% ਗ੍ਰੈਨੂਲ ਜਿਹੜੀ ਆਉਂਦੀ ਆ ਉਹਨੂੰ ਯੂਜ਼ ਕਰ ਸਕਦੇ ਹੋ ਇਹਨਾਂ ਦੋਨਾਂ ਸਪਰੇਹਾਂ ਦੇ ਕੋਈ ਵੀ ਇੱਕ ਯੂਜ਼ ਕਰੋਗੇ ਵਧੀਆ ਰਿਜ਼ਲਟ ਮਿਲ ਜਾਣਾ ਪਰ ਮੈਂ ਫੇਰ ਦੁਬਾਰਾ ਦੁਬਾਰਾ ਕਹਿੰਦਾ ਰਹਿੰਦਾ ਕਿ ਜਿਹੜੇ ਕਿਸਾਨ ਜਿਆਦਾ ਝਾੜ ਲੈਣ ਦੇ ਲਾਲਚ ਵਿੱਚ ਬੱਲੀਆਂ ਨਿਕਲਣ ਦਾ ਇੰਤਜ਼ਾਰ ਕਰਦੇ ਆ ਤੇ ਉਸ ਤੋਂ ਬਾਅਦ ਐਨਪੀਕੇ ਬੋਰੋਨ ਜ਼ਿੰਕ ਜਾਂ ਕੋਈ ਹੋਰ ਸਪਰੇਅ ਕਰਨ ਦਾ ਫੈਸਲਾ ਲੈਂਦੇ ਆ ਤਾਂ ਹਮੇਸ਼ਾ ਹੀ ਉਹ ਫਸਲ ਦੇ ਉੱਪਰ ਬਰਨਿੰਗ ਕਰ ਦਿੰਦੇ ਆ ਜਲਾ ਦਿੰਦੇ ਆ ਫਸਲ ਨੂੰ ਜਿਆਦਾ ਝਾੜ ਦੇ ਚੱਕਰ ਵਿੱਚ ਅਜਿਹਾ ਨਾ ਕੀਤਾ ਜਾਵੇ ਕਿਉਂਕਿ ਜੇਕਰ ਤੁਸੀਂ ਘੋਲ ਤਿਆਰ ਕਰ ਰਹੇ ਹੋ ਤਾਂ ਮੈਕਸੀਮਮ ਤੁਸੀਂ ਅਲੱਗ-ਅਲੱਗ ਭਾਂਡਿਆਂ ਦੇ ਵਿੱਚ ਇੱਕ ਕਿੱਲੇ ਦਾ ਹੀ ਘੋਲ ਤਿਆਰ ਕਰੋ ਜਦੋਂ ਉਹ ਸਪਰੇ ਹੋ ਗਿਆ ਉਸ ਤੋਂ ਬਾਅਦ ਅਲੱਗ ਕਰ ਲਿਓ 5 ਕਿੱਲਾਂ ਦੀ ਉਸਰੀ ਤੁਸੀਂ ਸਪਰੇ ਕਰਨ ਲੱਗੇ ਹੋ 5 ਕਿੱਲਾਂ ਦਾ ਘੋਲ ਵੀ ਤੁਸੀਂ ਇੱਕ 20 ਲੀਟਰ ਪਾਣੀ ਵਿੱਚ ਤਿਆਰ ਕਰ ਲੈਨੇ ਹੋ ਤੇ ਉਸ ਤੋਂ ਬਾਅਦ ਲੀਟਰਲੀ ਟਟੋਲਾਂਾਂ ਚ ਪਾਈ ਜਾਂਦੇ ਹੋ ਇਸ ਤਰੀਕੇ ਦੇ ਨਾਲ ਵੀ ਕਈ ਵਾਰ ਕੀ ਹੁੰਦਾ ਕਿ ਕੋਈ ਵੀ ਪੈਸਾਈਸਾਈਡ ਪ੍ਰੋਪਰ ਤਰੀਕੇ ਨਾਲ ਨਾ ਘੋਲਣਾ ਕਰਕੇ ਜਦੋਂ ਸਪਰੇ ਰਾਹੀਂ ਜਾਂਦੀ ਹੈ ਪੱਤੇ ਤੇ ਜੰਮ ਜਾਂਦੀ ਆ ਤੇ ਪੱਤਿਆਂ ਤੇ ਫਿਰ ਉਹ ਸਾੜਾ ਪਾਣ ਦੀ ਬਰਨਿੰਗ ਹੋ ਜਾਂਦੀ ਆ ਆਪਣੇ ਉਲਟ ਰਿਜ਼ਲਟ ਆਉਂਦੇ ਉਹਨੂੰ ਆਪਾਂ ਫਿਰ ਠੀਕ ਨਹੀਂ ਕਰ ਸਕਦੇ ਕਿਸੇ ਤਰੀਕੇ ਦੇ ਨਾਲ ਵੀ ਅੱਜ ਕ ਉਛਣ ਦੇ ਪੱਤੇ ਨੂੰ ਛੱਡ ਕੇ ਬਾਕੀ ਸਾਰੇ ਪੱਤੇ ਪੀਲੇ ਹੁੰਦੇ ਆ ਤੇ ਜਾਂ ਉਸ ਤੇ ਬਰਨਿੰਗ ਹੋਈ ਵੀ ਹੁੰਦੀ ਹੈ ਜਿਹਨੂੰ ਆਪਾਂ ਠੀਕ ਨਹੀਂ ਕਰ ਸਕਦੇ ਹੈਗੇ ਸੋ ਇਹਨਾਂ ਜਾਣਕਾਰੀਆਂ ਦੇ ਨਾਲ ਤੁਹਾਡੇ ਨਾਲ ਇਹ ਜਾਣਕਾਰੀ ਵਾਲੀ ਵੀਡੀਓ ਸਾਂਝੀ ਕਰਦੇ ਸੀ ਹੋਰ ਕਿਸਾਨਾਂ ਨਾਲ ਜਰੂਰ ਸਾਂਝੀ ਕਰਿਓ ਤੇ ਕਣਕ ਦੇ ਨਾਲ ਸੁਵੰਤ ਆਉਣ ਵਾਲੀਆਂ ਫਸਲਾਂ ਦੇ ਨਾਲ ਸੁਵੰਤ ਤੁਹਾਡੇ ਸਾਹਮਣੇ ਵੀਡੀਓ ਆਪਣੇ ਚੈਨਲ ਤੇ ਆਉਣ ਕਰ ਰਹਿਣੀਆਂ ਧੰਨਵਾਦ